ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ। ਸੋ PBN ਦੇ ਇੰਟਰਟੇਨਮੈਂਟ ਦੇ ਘੈਂਟ ਸ਼ੋਅ ਦੇ ਵਿਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ, ਫਿਰ ਕਰਦੇ ਹਾਂ ਪ੍ਰੋਗਰਾਮ ਸ਼ੁਰੂਆਤ ਔਰ ਸਭ ਤੋਂ ਪਹਿਲਾਂ ਦੇਖਦੇ ਹਾਂ ਹਾਈਲਾਈਟਸ। ਨੱਚਾਂਗੇ ਸਾਰੀ ਰਾਤ ਸੋਹਣਿਓ ਬਈ, ਨੱਚਾਂਗੇ ਸਾਰੀ ਰਾਤ ਸੋਹਣਿਓ ਬਈ। ਗੈਸ ਵਾ, ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ, ਨਮਸਕਾਰ। ਜਦੋਂ ਦਾ ਤੈਨੂੰ ਵੇਖਿਆ ਮੇਰਾ ਦਿਲ ਤੇਰੇ ਉੱਤੇ ਹੈ ਡੁੱਲ ਗਿਆ। ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰਾਂ, ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰਾਂ, ਮੈਨੂੰ ਰਾਤ ਨੀਂਦ ਨਾ ਆਵੇ ਓਏ, ਮੈਨੂੰ ਰਾਤ ਨੀਂਦ ਨਾ ਆਵੇ ਤਾਂ ਤੇਰੀ ਦਿਲ ਨੂੰ ਯਾਦ ਸਤਾਵੇ। ਸੁਣ ਲੈ ਸੋਹਣੀਏ, ਕੁਛ ਕ੍ਰੇਜ਼ੀ ਫੈਨ ਵੀ ਇੱਦਾਂ ਦੇ ਸੀਗੇ ਕਿ ਜਿਹੜੇ ਕਿ ਕਹਿੰਦੇ ਸੀ ਯਾਰ ਪਾਰਕ 'ਤੇ ਆ ਜਾਓ, ਨਹੀਂ ਤਾਂ ਆਪਣੇ ਆਪ ਨੂੰ ਸ਼ੂਟ ਕਰ ਲੈਣਾ ਹੈਗਾ। ਹੈ ਯਾਰ, ਤੇ ਤਾਂ ਚੰਗੀ ਹਮੋ ਕੀਤੀ ਮੈਂ ਲੱਗਦਾ। ਸੋ ਦੋਸਤੋ, ਅਸੀਂ ਹਾਈਲਾਈਟਸ ਦੇਖ ਕੇ ਤਾਂ ਜਾਣ ਹੀ ਗਏ ਹੋਵੋਗੇ, ਸਾਡੇ ਅੱਜ ਦੇ ਗੈਸਟ ਸੀਗੇ ਸਟੀਰੀਓ ਨੇਸ਼ਨ, ਯਾਨੀ ਕਿ ਤੁਹਾਡੇ ਆਪਣੇ ਟੈਜ਼। ਅਸੀਂ ਉਹਨਾਂ ਨਾਲ ਕੀਤੀ ਖਾਸ ਗੱਲਬਾਤ, ਆਓ ਫਿਰ ਦੇਖਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਹੋਰ ਕਿੱਦਾਂ, ਠੀਕ ਠਾਕ? ਬਸ ਵਧੀਆ ਭਾਈ। ਸਭ ਤੋਂ ਪਹਿਲਾਂ ਜੀ ਆਇਆਂ ਨੂੰ, ਤੁਸੀਂ ਅੱਜ ਲੁਧਿਆਣੇ ਆਏ, ਕਿੱਦਾਂ ਲੱਗ ਰਿਹਾ? ਪਹਿਲੀ ਗੱਲ ਤਾਂ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਮਤਲਬ ਸਤਿ ਸ਼੍ਰੀ ਅਕਾਲ, ਆਈ ਐਮ ਵੈਰੀ ਹੈਪੀ ਟੂ ਬੀ ਹੇਅਰ। ਭਾਅ ਜੀ, ਗੱਲ ਕਰੀਏ ਜੋ ਅਸੀਂ ਇੰਡਸਟਰੀ ਦੇ ਵਿੱਚ ਆਏ ਸੀਗੇ 1987 ਦੇ ਵਿੱਚ, ਦੈਨ 1989 ਦੇ ਵਿੱਚ ਤੁਹਾਡੀ ਪਹਿਲੀ ਐਲਬਮ ਆਈ ਸੀਗੀ। ਸੋ 30 ਸਾਲ ਤੁਹਾਨੂੰ ਇੰਡਸਟਰੀ 'ਚ ਹੋ ਗਏ, ਕਿੱਦਾਂ ਦਾ ਰਿਹਾ ਸਫ਼ਰ? ਮਿਊਜ਼ਿਕ ਇਜ਼ ਅ ਜਰਨੀ ਨਾ, ਮਤਲਬ ਇਟਸ ਬੀਨ ਇਟਸ ਫੈਂਟੈਸਟਿਕ ਜਰਨੀ, ਇਟਸ ਬੀਨ ਅਪ ਐਂਡ ਡਾਊਨ, ਅਪ ਐਂਡ ਡਾਊਨ, ਉਹ ਤਾਂ ਹੁੰਦਾ ਹੈ ਨਾ ਸਾਡੇ ਹਰ ਆਰਟਿਸਟ ਲਈ। ਸੋ ਫੋਰ ਮੀ ਇਟਸ ਬੀਨ ਅ ਫੈਂਟੈਸਟਿਕ ਜਰਨੀ, ਐਂਡ ਮੇਰੇ ਫੈਨਸ ਨੇ, ਹੈ ਨਾ, ਜਿੰਨੇ ਵੀ ਮੇਰੇ ਫੈਨਸ ਹੈ, ਗੋਡ ਬਲੈਸ ਦੈਮ, ਉਹਨਾਂ ਨੇ ਮੇਰੀ ਮਤਲਬ ਮਦਦ ਕੀਤੀ। ਪਤਾ ਕੀ ਹੈ, ਜਰਨੀ ਹੁੰਦੀ ਹੈ ਨਾ, ਲਾਈਫ ਦੀ ਜਰਨੀ ਹੁੰਦੀ ਹੈ ਹਰ ਇਨਸਾਨ ਦੇ ਵਿੱਚ, ਮਤਲਬ ਇਟਸ ਲਾਈਕ ਅ ਜਰਨੀ। ਸੋ ਫੋਰ ਮੀ ਇਟਸ ਬੀਨ ਅਪ ਐਂਡ ਡਾਊਨ, ਅਪ ਐਂਡ ਡਾਊਨ, ਵਿਦ ਸਪੈਸ਼ਲੀ ਜਿੱਦਾਂ ਕਹਿੰਦੇ ਹੁੰਦੇ ਆਪਣੇ ਰਿਕਾਰਡਿੰਗ ਕੰਪਨੀ ਦੇ ਸਾਥ। ਸੋ ਆਈ ਹੈਵ ਹੈਡ ਅ ਫਿਊ ਪ੍ਰੋਬਲਮਸ ਵਿਦ ਰਿਕਾਰਡਿੰਗ ਕੰਪਨੀ। ਘਰ ਦਾ ਮਾਹੌਲ ਵੀ ਤੁਹਾਡਾ ਕਾਫੀ ਖਰਾਬ ਹੋਇਆ ਸੀ ਉਸ ਤੋਂ, ਕਾਫੀ ਪੇਰੈਂਟਸ ਨੇ, ਡੈਡ ਨੇ ਵੀ ਤੁਹਾਡੇ 5 ਸਾਲ ਤੱਕ ਗੱਲਬਾਤ ਨਹੀਂ ਉਸ ਟਾਈਮ ਹੋਈ ਸੀ। ਮੇਰੇ ਪਿਤਾ ਜੀ, ਉਹਨਾਂ ਨੇ ਮੈਨੂੰ 5 ਸਾਲ ਨਹੀਂ ਗੱਲ ਕੀਤੀ, ਬਿਕੋਜ਼ ਆਈ ਵਾਸ 8 ਗ੍ਰੇਡ ਅ ਸਟੂਡੈਂਟ ਫੋਰ ਮਾਈ ਡਿਗਰੀ, ਐਂਡ ਦੈਨ ਦ ਕਰੀਅਰ ਚੋਇਸ ਜਿੱਦਾਂ ਕਹਿੰਦੇ ਹੁੰਦੇ ਆ, ਜਿਹੜਾ ਮੈਂ ਚੋਇਸ ਲਿਆ, ਦੈਨ ਦੈਟਸ ਵਾਟ ਹੈਪਨਡ ਬੇਸਿਕਲੀ। ਗੁਰਦਾਸ ਭਾਅ ਜੀ ਇਜ਼ ਮਾਈ ਹੀਰੋ, ਆਈ ਲਵ ਹਿਮ, ਆਈ ਥਿੰਕ ਹੀ ਇਜ਼ the most amazing inspirational person, inspirational artist of all time, bilkul, you know, the Michael Jackson bhi at the same time, in the same breath, you know, and he's been an inspiration to me all my life, in my entire career. So I take my inspirations from these people. Basically main actually Kenya de vich ek show kita siga, and menu promoter he told me, my promoter at that time, he said to me, he said, look, there's somebody who wants to meet me. Ke oh kuri sigi disabled sigi, haan ji in a wheelchair, haan ji, te matlab totally disabled, paralyzed up until the neck up, and one ki she came, oops, jidda kehnde ho, the sabse badi of matlab biggest fan. ਉਹਨੇ ਟਰੈਵਲ ਕੀਤਾ 9 hours ਬਾਏ ਰੋਡ, ਉਹਨਾਂ ਦੇ ਨਾਲ ਵਿੱਚ ਨਾ ਸੜਕਾਂ ਜਿਹੜੀਆਂ ਸੀਗੀਆਂ ਉਹ ਕੱਚੀਆਂ ਹੁੰਦੀਆਂ ਸੀਗੀਆਂ, ਇਹ ਤਾਂ ਨਹੀਂ ਸੀਗਾ ਵੀ ਫਲਾਈਵੇ ਹੈ, ਹਾਈਵੇ ਹੈ, ਇਹ ਅਤੇ 9 hours ਉਹਨੇ ਮਤਲਬ ਸਫ਼ਰ ਕੀਤਾ ਅਤੇ ਸ਼ੋਅ 'ਤੇ ਆਈ, ਐਂਡ ਮੇਰੇ ਜਿਹੜਾ ਮੇਰਾ ਪ੍ਰੋਬਲਮ ਸੀਗਾ, ਹੀ ਪ੍ਰਮੋਟਰ ਸੈਟ ਲੱਗੀ, ਸ਼ੀ ਵਾਂਟ ਮੀਨ ਮੀ, ਦੈਟਸ ਉਦੋਂ ਹੈ ਨਾ, ਜਿੱਦਾਂ ਕੋਈ ਆਰਟਿਸਟ ਹੈ, ਜਿੱਦਾਂ ਮੈਂ ਆਰਟਿਸਟ ਹਾਂ, ਉਦੋਂ ਮੈਨੂੰ ਮਹਿਸੂਸ ਹੋਇਆ ਵੀ ਮੈਂ ਮੇਰੀ ਕੋਈ ਆਵਾਜ਼ ਸੁਣ ਰਿਹਾ, ਜਾਂ ਸਮਬਡੀ ਰੀਅਲੀ ਲਵਸ ਮਾਈ ਮਿਊਜ਼ਿਕ, ਐਂਡ ਸਮਬਡੀ ਰੀਅਲੀ ਐਪਰੀਸ਼ੀਏਟਸ। ਭਾਅ ਜੀ, ਤੁਹਾਡੇ ਕਹਿੰਦੇ 'ਚ ਕੁਛ ਕ੍ਰੇਜ਼ੀ ਫੈਨ ਵੀ ਇੱਦਾਂ ਦੇ ਸੀਗੇ ਕਿ ਜਿਹੜੇ ਕਿ ਕਹਿੰਦੇ ਸੀ ਯਾਰ ਪਾਰਕ 'ਤੇ ਆ ਜਾਓ, ਨਹੀਂ ਤਾਂ ਆਪਣੇ ਆਪ ਨੂੰ ਸ਼ੂਟ ਕਰ ਲੈਣਾ ਹੈਗਾ। ਹੈਂ ਯਾਰ, ਤੇ ਤਾਂ ਚੰਗੀ ਹਮੋ ਕੀਤੀ ਮੈਂ ਲੱਗਦਾ। I was basically, I remember in 1998, basically a fan messaged me, and it was Alton Towers, now that you remind me. And basically there's a theme park in Alton Towers, and a fan messaged me and said, look, if you don't meet me at this so-and-so time, I'm going to take my life.
I had to involve the police because I took it very seriously because she was actually very serious. And yeah, you meet crazy fans all over the world, but God bless. Please don't be so crazy. You know. ਮੈਂ ਤੁਹਾਡੀ ਨਵਾਂ ਸੌਂਗ ਜਿਹੜਾ ਅੱਜ ਕੱਲ੍ਹ ਬਾਲੀਵੁੱਡ ਮੂਵੀ 'ਚ ਵੀ ਆ ਗਿਆ ਹੈਗਾ, ਨੱਚਾਂਗੇ ਸਾਈ ਰਾਤ ਸੋਨੇ ਵੇ। ਸੋ ਦੋਸਤੋ, ਭਾਈ ਨੇ ਸਾਡੇ ਨਾਲ ਆਪਣੇ ਓਰੀਜਨਲ ਸਿੰਗਰ ਬੈਠੇ ਆ, ਭਾਈ ਦੋ ਲਾਈਨਾਂ। ਨੱਚਾਂਗੇ ਸਾਰੀ ਰਾਤ ਸੋਨੇ ਵੇ, ਨੱਚਾਂਗੇ ਸਾਰੀ ਰਾਤ ਸੋਨੇ। ਪਤਾ ਕੀ ਆ, ਫੈਨਸ ਆਫ ਫੈਨਸ, ਅਮਰੀਕਾ ਦੇ ਫੈਨਸ ਹੋ ਗਏ, ਆਸਟ੍ਰੇਲੀਆ ਦੇ ਹੋ ਗਏ, ਜਿੱਥੇ ਵੀ ਹਰ ਆਰਟਿਸਟ ਕੋ ਮਤਲਬ ਜਹਾਂ ਵੀ ਫੈਨਸ ਮਿਲਤੇ ਹੈ, ਮਤਲਬ ਵਹੀ ਜਗ੍ਹਾ ਅੱਛੀ ਹੋਤੀ ਹੈ ਨਾ। ਸੋ ਇਟਸ ਨੋਟ ਸਮਥਿੰਗ ਆਈ ਵੁੱਡ ਸੇ ਲਾਈਕ ਯੂ ਨੋ ਆਈ ਪ੍ਰੀਫਰ ਓਨਲੀ ਇੰਡੀਆ, ਆਈ ਓਨਲੀ ਪ੍ਰੀਫਰ ਪਾਕਿਸਤਾਨ, ਆਈ ਓਨਲੀ ਪ੍ਰੀਫਰ ਆਸਟ੍ਰੇਲੀਆ, ਆਈ ਓਨਲੀ ਪ੍ਰੀਫਰ ਅਮੈਰੀਕਾ। ਫੈਨਸ ਆਫ ਫੈਨਸ, ਐਂਡ ਇਫ ਦੇ ਲਵ ਯੂ, ਦੇ ਲਵ ਯੂ। ਭਾਅ ਜੀ, ਪ੍ਰੋਗਰਾਮ ਦਾ ਐਂਡ ਕਰਦੇ ਹਾਂ ਅਤੇ ਜਾਂਦੇ ਜਾਂਦੇ ਵੀ ਇੱਕ ਸੌਂਗ ਹੈ ਜਿਵੇਂ ਬੇਬੀ ਡੋਂਟ ਬ੍ਰੇਕ ਮਾਈ ਹਾਰਟ। ਜਦੋਂ ਦਾ ਤੈਨੂੰ ਵੇਖਿਆ ਮੇਰਾ ਦਿਲ ਤੇਰੇ ਉੱਤੇ ਹੈ, ਡੁੱਲ ਗਿਆ ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰਾਂ, ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰਾਂ, ਮੈਨੂੰ ਰਾਤ ਨੀਂਦ ਨਾ ਆਵੇ, ਮੈਨੂੰ ਰਾਤ ਨੀਂਦ ਨਾ ਆਵੇ ਤਾਂ ਤੇਰੀ ਦਿਲ ਨੂੰ ਯਾਦ ਸਤਾਵੇ। ਸੁਣ ਲੈ ਸੋਹਣੀਏ, ਲਾਲ ਲਾਲ ਬੁੱਲੀਆਂ। ਭਾਜੀ ਬਹੁਤ ਸੌਂਗ। ਸੋ ਜਾਂਦੇ ਜਾਂਦੇ ਦੇਸ਼ ਦੇ ਵਿਦੇਸ਼ ਸਾਡੇ ਸਾਰੇ ਦਰਸ਼ਕਾਂ ਨੂੰ ਕੀ ਕਹੋਗੇ? ਆਈ ਵਾਂਟ ਸੇ ਵਨ ਥਿੰਗ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ ਫੋਰ ਯੂਰ ਲਵ। ਤੁਸੀਂ ਅੱਜ ਤੱਕ ਵੀ ਮੈਨੂੰ ਸਪੋਰਟ ਕੀਤਾ, ਐਂਡ ਮੈਂ ਇਹੀ ਕਹਿ ਸਕਦਾ ਮੈਂ ਸ਼ੁਕਰਗੁਜ਼ਾਰ ਹਾਂ ਜੋ ਮੈਂ ਮਤਲਬ ਇਤਨੀ ਇੱਜ਼ਤ ਆਪਣੇ ਦੀ ਹੈ ਮੇਰੇ ਕੋਲ, ਮਤਲਬ ਮੈਂ ਕਹਿ ਨਹੀਂ ਸਕਦਾ। ਐਂਡ ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ ਭਾਈ, ਥੈਂਕ ਯੂ ਸੋ ਮੱਚ। ਸੋ ਦੋਸਤੋ, ਅੱਜ ਸਟੀਰੀਓ ਨੇਸ਼ਨ ਭਾਈ ਨਾਲ ਗੱਲ ਕਰਕੇ ਬਹੁਤ ਹੀ ਵਧੀਆ ਲੱਗਿਆ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਣਾ। ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ, ਧੰਨਵਾਦ। ਜਦੋਂ ਦਾ ਤੈਨੂੰ ਵੇਖਿਆ ਮੇਰਾ ਦਿਲ ਤੇਰੇ ਉੱਤੇ ਹੈ, ਡੁੱਲ ਗਿਆ ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰਾਂ, ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰਾਂ, ਮੈਨੂੰ ਰਾਤ ਨੀਂਦ ਨਾ ਆਵੇ, ਮੈਨੂੰ ਰਾਤ ਨੀਂਦ ਨਾ ਆਵੇ ਤਾਂ ਤੇਰੀ ਦਿਲ ਨੂੰ ਯਾਦ ਸਤਾਵੇ। ਸੁਣ ਲੈ ਸੋਹਣੀਏ।